ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਮੇਰੀ ਬੇਨਤੀ ਹੈ ਕਿ ਨੌਜਵਾਨਾਂ ਨੂੰ, ਜਿਵੇਂ ਸਭ ਨੂੰ ਹੁਣ ਆਪਾਂ ਨੂੰ ਪਤਾ ਹੀ ਹੈ, ਜਿਹੜਾ ਬਿਹਾਰ 'ਚ 15 ਸਾਲ ਪਹਿਲਾਂ ਮੰਡੀਆਂ ਪ੍ਰਾਈਵੇਟ ਹੋ ਗਈਆਂ, ਉਹਨਾਂ ਦੀਆਂ ਫਸਲਾਂ ਨਿੱਜੀ ਕੰਪਨੀਆਂ ਖਰੀਦਦੀਆਂ ਨੇ, ਠੀਕ ਹੈ, ਸਰਕਾਰੀ ਖਰੀਦ ਏਜੰਸੀ ਉਹਨਾਂ ਨੂੰ ਪੈਸੇ ਨਹੀਂ ਦਿੰਦੀਆਂ ਛੇਤੀ ਛੇਤੀ, ਉਹਨਾਂ ਦਾ ਸਮਰਥਨ ਮੁੱਲ ਉਹਨਾਂ ਨੂੰ ਬਹੁਤ ਘੱਟ ਮਿਲਦਾ, ਅਤੇ ਜਿਹੜੀਆਂ ਝੋਨੇ ਦੀਆਂ ਖਰੀਦ ਕਰਦੇ ਆ ਉਹ 1100 ਤੋਂ 1200 ਰੁਪਏ ਕੁਇੰਟਲ ਕਰਦੇ ਆ, ਕਣਕ 1400 ਤੋਂ 1500 ਰੁਪਏ ਕੁਇੰਟਲ ਖਰੀਦਿਆ, ਉੱਥੇ ਕਿਸਾਨਾਂ ਨੇ ਖੇਤੀ ਛੱਡ ਕੇ ਪੰਜਾਬ ਜਾ ਕੇ ਦਿਹਾੜੀ ਕੀਤੀ ਹੈ, ਠੀਕ ਹੈ ਜੀ। ਅਤੇ ਹੁਣ ਗੱਲ ਇਹ ਆ ਵੀ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਕਿੱਥੇ ਜਾਣਗੇ, ਬਿਹਾਰ ਵਾਲੇ ਤਾਂ ਦਿਹਾੜੀ ਵੀ ਕਰ ਸਿੱਖ ਗਏ, ਉਹਨਾਂ ਨੂੰ ਤਾਂ ਕਰਨ ਮਜਬੂਰੀ ਬਣੀ ਪਈ ਇੱਕ, ਹੁਣ ਇਹਨਾਂ ਨੇ ਕੀ ਸੋਚਿਆ, ਮੋਦੀ ਸਰਕਾਰ ਨੇ ਪੰਜਾਬ ਨੂੰ ਬਿਹਾਰ ਬਣਾਵਾਂਗੇ, ਬਿਹਾਰ ਵਾਲਾ ਹਾਲ ਕਰਨਗੇ ਆਪਣਾ ਬਜ਼ੁਰਗਾਂ ਦਾ। ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਬੈਠੇ ਆ, ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ, ਮੈਂ ਬੇਨਤੀ ਕਰਦਾ ਜਿਹੜੇ ਘਰੇ ਲੋਕੇ ਬੈਠੇ ਆ, ਨੌਜਵਾਨ ਕਹਿਣਗੇ ਯਾਰ ਆਪਣਾ ਬਾਪੂ ਬਾਕਿਆ ਤਾਇਆ ਬਾਕਿਆ, ਐਂ ਨਹੀਂ ਗੱਲ ਬਣਨੀ ਵੀਰੋ, ਜੋ ਨੌਜਵਾਨਾਂ ਕੋਲ ਆਪਣੇ ਕੋਲ ਜੋਸ਼ ਹੈ ਅਤੇ ਆਪਣੇ ਬਜ਼ੁਰਗਾਂ ਕੋਲ ਹੋਸ਼ ਹੈ, ਦੋਨਾਂ ਨਾਲ ਇਕੱਠਾ ਆਪਾਂ ਇੱਕ ਇਕੱਠ ਕਰਕੇ ਏਕਤਾ ਬਣਾ ਕੇ ਚੱਲਣਾ ਪਊਗਾ ਆਪਾਂ ਨੂੰ, ਅਤੇ ਮੋਦੀ ਦੀ ਧੌਣ 'ਤੇ ਗੋਡਾ ਰੱਖਣਾ ਪਊਗਾ। ਭਗਤ ਸਿੰਘ ਸੀਗਾ 22 ਸਾਲਾਂ ਦੀ ਉਮਰ 'ਚ ਦੇਸ਼ ਆਜ਼ਾਦ ਕਰਾ ਗਿਆ, ਜੇ ਆਪਾਂ ਤੋਂ ਦੇਸ਼ ਆਜ਼ਾਦ ਕਰਾਇਆ ਨਹੀਂ ਸਾਂਭਿਆ ਜਾਂਦਾ, ਇਹ ਤੋਂ ਵੱਡੀ ਲਾਂਹ ਤਾਂ ਆਪਣੇ 'ਚ ਕੁਛ ਨਹੀਂ ਹੈਗੀ। ਆ ਬਜ਼ੁਰਗ ਬੈਠੇ ਆਪਾਂ ਨੂੰ ਦੱਸਦਾ 20-20 ਕਿੱਲੇ ਬਣਾ ਕੇ ਦੇ ਗਏ, ਇਹ ਕਹਿੰਦੇ ਵੀ ਸਾਡੀਆਂ ਤੁਸੀਂ ਜ਼ਮੀਨਾਂ ਸਾਂਭ ਲਓ ਗੱਡੀਆਂ, ਆਪਾਂ ਤੋਂ ਜੇ ਜ਼ਮੀਨਾਂ ਵੀ ਨਹੀਂ ਸਾਂਭੀਆਂ ਜਾਂਦੀਆਂ, ਮੋਦੀ ਆਪਣੀਆਂ ਜ਼ਮੀਨਾਂ ਦੱਬਣ ਨੂੰ ਫਿਰਦਾ, ਕਬਜ਼ਾ ਕਰਨ ਨੂੰ ਫਿਰਦਾ, ਆਪਾਂ ਜ਼ਮੀਨਾਂ ਸਾਂਭਣੀਆਂ, ਜ਼ਮੀਨ ਆਪਣੀ ਮਾਂ ਸਭ ਦੀ ਮਾਂ, ਬਹੁਤ ਟਾਈਮ 50 ਸਾਲ ਪਹਿਲਾਂ ਆਪਣੀਆਂ ਜ਼ਮੀਨਾਂ ਤੱਪ ਲਿਆ ਸੀਗੀਆਂ, ਜੇ ਆਪਣੇ ਆਪ ਬਜ਼ੁਰਗ ਸਿੱਖ ਧਰਮ ਨਾ ਹੁੰਦਾ। ਮੈਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਬੇਨਤੀ ਕਰਦਾ ਵੀ ਜਿਹੜੇ ਬੈਠੇ ਆ ਘਰੇ ਲੋਕੇ, ਅੱਜ ਮੈਂ ਦੇਖਿਆ ਮਾਣ ਸਾਡੇ 'ਚ ਨਾ ਤਾਂ ਕੋਈ ਕਾਲਜ ਲੱਗਦਾ ਨਾ ਕੋਈ ਸਕੂਲ ਲੱਗਦਾ, ਘੱਟੋ ਘੱਟ 100-200 ਮੁੰਡਾ ਗੇੜੇ ਦਿੰਦੇ ਆ ਬੇਕੰਮ ਤੋਂ ਜਮਾਂ ਬਿਨਾਂ ਕੰਮ ਤੋਂ, ਅੱਜ ਲੜਾਈ ਹੋ ਗਈ ਉੱਥੇ ਅਤੇ 100 ਮੁੰਡਾ ਐਂ ਉੱਡ ਗਿਆ, ਸਾਹਮਣੇ ਉੱਡ ਗਿਆ, ਪੁਲਿਸ ਆ ਗਈ, ਪੁਲਿਸ ਨੇ ਕੁੱਟੇ, ਉਹਨਾਂ ਨੂੰ ਕਹਿਣਾ ਵੀ ਉੱਥੇ ਤੁਹਾਡਾ ਜੇ ਕੋਈ ਨਹੀਂ ਕੰਮ ਹੈਗਾ ਤਾਂ ਇੱਥੇ ਆ ਕੇ ਬੈਠੋ ਬਜ਼ੁਰਗਾਂ 'ਚ, ਆਪਣੀਆਂ ਜ਼ਮੀਨਾਂ ਲਈ ਲੜੋ, ਐਵੇਂ ਕਿਸੇ ਪਿੱਛੇ ਲੜਨ ਦਾ ਕੋਈ ਫਾਇਦਾ ਨਹੀਂ, ਨਾਲੇ ਆਹ ਜਿਹੜੀਆਂ ਲੜਾਈਆਂ ਫੇਸਬੁੱਕਾਂ 'ਤੇ ਵਟਸਐਪ 'ਤੇ ਕਰਦੇ ਆ ਨਾ, ਇਹਨਾਂ ਦਾ ਕੋਈ ਦਮ ਨਹੀਂ ਹੈਗਾ, ਜੇ ਆਪਾਂ ਆਪਣੀਆਂ ਜ਼ਮੀਨਾਂ ਲਈ ਆਪਣੇ ਬਜ਼ੁਰਗਾਂ ਲਈ ਕੀ ਲੜ ਸਕਦੇ, ਫਾਲਤੂ ਲੜਨ ਦਾ ਕੀ ਫਾਇਦਾ, ਬਜ਼ੁਰਗ ਤਾਂ ਆਪਣੇ ਮਗਰ ਜਾਂਦੇ ਆ ਹੁਣ ਵੀ ਜਾਂਦੇ ਆ, ਜੇ ਆਪਾਂ ਲੜਾਈ ਕਰਦੇ ਹਾਂ ਥਾਣੇ 'ਚ ਜਾਂਦੇ ਆਪਣੇ ਮਗਰ ਖੜਾ ਲਿਆਉਂਦੇ ਆਪਾਂ ਨੂੰ, ਪੈਸੇ ਦੀ ਬਰਬਾਦੀ ਆ, 25 ਸਾਲ ਦੀ ਉਮਰ ਆ ਮੇਰੀ, ਬਾਹਲਾ ਤਾਂ ਮੈਂ ਕਹਿੰਦਾ ਨਹੀਂ, ਜਿਵੇਂ ਕਹਿੰਦੇ ਉਹਨਾਂ ਨੇ ਮੱਛੀ ਪੱਥਰ ਚੱਟ ਕੇ ਮੁੜੀ ਆ, ਬਾਕੀ ਬਜ਼ੁਰਗ ਸਿਆਣੇ ਆ ਸਮਝ ਗਏ ਹੋਣਗੇ, ਹੁਣ ਇੱਥੇ ਮੈਂ ਜਥੇਬੰਦਗਾਂ ਦੇ ਨਾਲ ਤੁਰਦਾ, ਮੇਰੇ ਪਿੰਡ ਦੇ ਨਾਲ ਤੁਰਨਾ ਬਾਜੀ ਵਾਲੇ ਦੇ, ਬਾਕੀ ਆ ਜਿਹੜੇ ਨੌਜਵਾਨਾਂ ਨੂੰ ਮੇਰੀ ਫੇਰ ਬੇਨਤੀ ਆ ਵੀ ਵਿਰੋਧ ਕਰੋ, ਅੱਗੇ ਆਓ, ਆਪਾਂ ਨੂੰ ਹੁਣ ਹੋਰ ਸੰਘਰਸ਼ ਤੇਜ਼ ਕਰਨ ਦਾ ਮੌਕਾ, ਸੰਘਰਸ਼ ਤੇਜ਼ ਕਰਨਾ ਪਊ ਆਪਾਂ ਨੂੰ, ਹੁਣ ਤਾਂ ਆਪਾਂ ਬੈਠੇ ਇੱਥੇ ਸੜਕਾਂ 'ਤੇ ਧਰਨਿਆਂ 'ਤੇ ਮੋਦੀ ਨੇ ਬਿਠਾ ਤੇ, ਜੇ ਲੋੜ ਪਈ ਤਾਂ ਬੈਠਾਂਗੇ ਮੋਦੀ ਦੀ ਹਿੱਕ 'ਤੇ ਚੜ ਕੇ, ਇੰਨਾ ਕਹਿੰਦਾ ਹੋਇਆ ਮੈਂ ਬਿਨਾਂ ਤਾਂ ਜਾ ਕੇ, ਜੇ ਕੋਈ ਗਲਤ ਸ਼ਬਦ ਬੋਲਦਾ ਮੈਂ ਮਾਫ਼ੀ ਮੰਗਦਾ, ਕਿਸਾਨ ਯੂਨੀਅਨ ਕਿਸਾਨ ਯੂਨੀਅਨ ਮੋਦੀ ਸਰਕਾਰ ਕੈਪਟਨ ਸਰਕਾਰ।